ਇੱਕ ਪਾਸੇ ਕੋਰੋਨਾ ਵਾਇਰਸ ਕਾਰਨ ਸੂਬੇ ਦੀ ਸਥਿਤੀ ਅਜੀਬੋ ਗਰੀਬ ਦੇਖਣ ਨੂੰ ਮਿਲ ਰਹੀ ਹੈ। ਉੱਥੇ ਨਾਕਾਬੰਦੀ ਦੌਰਾਨ ਤਲਾਸ਼ੀ ਲੈਣ ਤੇ ਨਸ਼ਾ ਜਾਂ ਹਥਿਆਰਾਂ ਦੀ ਬਰਾਮਦਗੀ ਉਸੇ ਤਰ੍ਹਾਂ ਬਰਕਰਾਰ ਹੈ। ਮਾਮਲਾ ਖੰਨਾ ਤੋਂ ਸਾਹਮਣੇ ਆਇਆ, ਜਿੱਥੇ ਖੰਨਾ ਪੁਲਿਸ ਨੇ ਨਾਕੇ ਦੌਰਾਨ ਇੱਕ ਦੇਸੀ ਰਿਵੋਲਵਰ, 4 ਜ਼ਿੰਦਾ ਕਾਰਤੂਸ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ। ਇਸ ਸੰਬੰਧੀ ਜਾਣਕਾਰੀ SHO ਸਿਟੀ ਹਰਜਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਰਾਹੀਂ ਦਿੱਤੀ, ਜਿਸ 'ਚ ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ASI ਜਗਤਾਰ ਸਿੰਘ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ। ਹਾਰਿਓ ਪਿੰਡ ਵੱਲੋਂ ਇੱਕ ਨੌਜਵਾਨ ਆ ਰਿਹਾ ਸੀ, ਜਿਸ ਦੀ ਨਾਕੇਬੰਦੀ ਦੌਰਾਨ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਦੇਸੀ ਰਿਵੋਲਵਰ, 4 ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਸ ਦੇ ਵੱਖ ਵੱਖ ਧਾਰਾਵਾਂ ਸਮੇਤ ਪਰਚਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਅੱਜ ਆਪਣਾ ਗੁਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਹਰਿਓ ਥਾਣਾ ਸਮਰਾਲਾ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ PV 4811 'ਤੇ ਸਵਾਰ ਹੋ ਕੇ ਸਮਰਾਲਾ ਸਾਈਡ ਤੋਂ ਖੰਨੇ ਆਇਆ। ਇਸ ਨੂੰ ਦੌਰਾਨੇ ਨਾਕਾਬੰਦੀ ASI ਜਗਤਾਰ ਸਿੰਘ ਨੇ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਕੇ ਇਹਦੇ ਪਿੱਛੋਂ ਇੱਕ ਪਿਸਟਲ, 32 ਬੋਰ ਬਰਾਮਦ ਕੀਤਾ, ਸਮੇਤ 4 ਜ਼ਿੰਦਾ ਕਾਰਤੂਸ, ਜਿਸ ਕਰਕੇ ਇਸ ਵਿਰੁੱਧ ਮੁਕੱਦਮਾ ਨੰਬਰ 64 ਅਧੀਨ ਦਰ 188 IPC 2554 RMAT ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਹ ਕੀ ਜਿਹੜਾ ਅਸਲਾ ਨਜਾਇਜ਼ ਸੀਗਾ ਜੀ? ਇਹ ਨਜਾਇਜ਼ ਸੀਗਾ। ਕੀ ਵਾਰਦਾਤ ਪਹਿਲਾਂ ਵੀ ਕੋਈ ਵਾਰਦਾਤ ਹੈਗੀ ਇਹਦੇ ਉੱਤੇ ਪਰਚੇ ਦਰਜ ਹੈਗੇ ਨੇ? ਇਸ ਸੰਬੰਧੀ ਵਾਰਦਾਤ ਸੰਬੰਧੀ ਹਜੇ ਤਫਤੀਸ਼ ਕੀਤੀ ਜਾ ਰਹੀ ਹੈ। ਇਹਦੇ ਥਾਣੇ ਤੋਂ ਰਿਕਾਰਡ ਹਾਸਲ ਕੀਤਾ ਜਾ ਰਿਹਾ, ਹੋਰ ਰਿਕਾਰਡ ਹਾਸਲ ਕਰਕੇ ਜੋ ਵੀ ਸਭਾ ਮਤਲਬ ਸ਼ਹਾਦਤ ਉਸ ਨਾਲ ਕਾਰਵਾਈ ਕੀਤੀ ਜਾਊ। ਹੁਣ ਤਾਂ ਕੁਝ ਦੱਸਿਆ ਕਿ ਮਤਲਬ ਇਹਨੇ ਕੀ ਕਾਰਵਾਈ ਕਰਨੀ ਸੀਗੀ, ਲੁੱਟ ਖੋਹ ਕੀ, ਹੋਰ ਕੋਈ ਹਜੇ ਇਸ ਸੰਬੰਧੀ ਹਜੇ ਪੁੱਛਿਆ ਤਾਂ ਉਹ ਗੱਲ ਸਾਹਮਣੇ ਨਹੀਂ ਆਈ ਵੀ ਇਹਨੇ ਕਿਉਂ ਰੱਖਿਆ, ਕਿੱਥੋਂ ਲੈ ਕੇ ਆਇਆ। ਇਹ ਸਿਰਫ ਇਹਨੇ ਦੱਸ ਰਹੇ ਮੈਨੂੰ ਵੀ ਕਿਸੇ ਤੋਂ ਮੰਗਵਾਇਆ ਸੀ ਆਪਣੇ ਭਈਏ ਤੋਂ। ਕੰਮ ਕਰ ਕੀ ਕਰਦਾ ਜੀ ਬੰਦਾ? ਕੰਮ ਕਰ, ਖੇਤੀਬਾੜੀ ਕਰਦਾ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV।